ਚਾਚੇ ਨੇ ਦੇ ਪੈਸੇ ਦਿੱਤੇ ਨਹੀਂ ਆ ਖਵਾ ਥੋੜੀ ਜੀ ਲੱਗੀ ਜਾਣਦੀ ਆ ਸਮਾਨ ਤਾਂ ਕਿੱਦੋਂ ਲਿਆਉਣਾ ਹੀ ਪੈਣਾ ਵਾ ਹੁਣ ਕੀ ਕਰਾਂ ਮੰਮੀ ਕੋ ਮੰਗਾ ਤਾਂ ਮੰਮੀ ਨੇ ਕਿੱਥੇ ਦੇਣੇ ਆ ਮੰਮੀ ਕੋ ਕਿਹੜਾ ਹੁੰਦੇ ਆ ਤੇ ਪਾਪਾ ਕੋ ਮੈਂ ਮੰਗਣੇ ਨਹੀਂ ਉਹਨਾਂ ਸੌ ਸਵਾਲ ਕਰਦੇ ਆ ਗੋਰਾ ਵਾ ਕਿੱਥੇ ਚੱਲਿਆ ਵਾ ਆਉਣਾ ਮੜਾ ਇੱਕ ਕੰਮ ਆ ਤੁਰ ਕੇ ਚੱਲਾਂ ਆਹੋ ਪਤਾ ਨਹੀਂ ਗੋਰਾ ਕੱਲਾ ਕੱਲਾ ਜਹ ਰਹਿੰਦਾ ਗਿਆ ਵਾ ਨੰਦਾ ਨਾ ਤੂੰਦਾ ਕੀ ਬਣਿਆ ਰਹਿੰਦਾ ਨਵਿੰਦਰ ਨਿਬੜਿਆ ਕੰਮ ਨਿਬੜ ਗਿਆ ਨਿਬੜ ਗਿਆ ਬਸ ਰੋਟੀ ਹਾਟੀ ਮਿਲ ਜੂਗੀ ਰੋਟੀ ਤੇ ਮੈਂ ਦੇ ਦਿੰਨੀ ਆ ਗੌਰਵ ਆਇਆ ਹੀ ਕੀ ਹੁੰਦੇ ਪੁੱਛਣ ਇਹ ਚਾਚਾ ਕਿੱਥੇ ਆ ਤੇ ਮੇਰੀ ਗੱਲ ਸੁਣਾ ਬਥੇਰੇ ਪੈਸੇ ਦੇ ਕੇ ਲਾਤਾ ਚਾੜਤੇ ਹੁਣ ਐਵੇਂ ਨਾ ਪੈਸੇ ਲਈ ਜਾਓ ਬਹੁਤੇ ਐਵੇਂ ਨਾ ਭੂਏ ਚੜਾਈ ਜਾਓ ਚਲ ਦੋ ਤਿੰਨ ਵਾਰ ਮੰਗਣ ਆ ਗਿਆ ਵਾ ਤੇ ਥੋੜੇ ਜਿਹਾ ਦੇ ਦੇਂਦੇ ਜੇ ਮੰਗਦਾ ਤੇ ਫਿਰ ਜੇ ਉਹਨੇ ਤੇਰਾ ਨਾਂ ਲਾਤਾ ਨਾ ਵੀ ਚਾਚਾ ਮੈਨੂੰ ਪੈਸੇ ਦਿੰਦਾ ਤੇ ਤੇਰੇ ਵੱਡੇ ਭਰਾ ਨੇ ਤੇਰੀਆਂ ਰਗਾਂ ਚ ਬੂਟ ਦੇ ਦੇਣਾ ਹੀ ਹੂੰ ਵੇਖ ਲੈ ਮਰਜੀ ਆਪਣੀ ਮੈਨੂੰ ਨਹੀਂ ਪਤਾ ਚਲੋ ਰੋਟੀ ਦਵਾ ਹੱਦ ਹੋਈ ਆ ਥੋੜੇ ਜਿਹਾ ਦੇ ਦਿੰਦੇ ਦੋ ਤਿੰਨ ਵਾਰ ਮੁੜ ਕੇ ਗਿਆ ਫਿਓ ਨਹੀਂ ਕਰਨ ਦਿੱਤੀ ਨਹੀਂ ਕਮਾਈ ਦੱਸੀ ਨਾ ਕਰ ਹਾਂ ਗੱਲ ਕਰ ਲਾਂਗੇ ਕੋਈ ਨਹੀਂ ਆ ਲੈਣ ਦੇ ਪ੍ਰੀਤਾ ਇਧਰ ਆ ਮੁੰਡਾ ਕਿੱਥੇ ਗਿਆ ਵਾ ਪਤਾ ਨਹੀਂ ਕਿੰਦਾ ਕੰਮ ਚੱਲਿਆ ਕਿਤੇ ਨਾ ਇਹ ਨਾ ਫਿਰਦੇ ਸਮੇਂ ਨਹੀਂ ਚੰਗੇ ਮੈਂ ਤੇ ਕਿਛਿਆ ਮੈਂ ਗੌਰਵ ਕਿੱਥੇ ਚੱਲੇ ਆਵਾ ਉਹਦਾ ਬੁੜਿਆ ਵੇ ਟਹਾਣੀਆਂ 'ਚ ਬਹਿ ਜਾ ਤੇ ਲੱਗ ਜੂ ਬਸ ਚਲੋ ਇਦਾਂ ਦਾ ਤਾਂ ਨਹੀਂ ਆ ਟਾਹ ਨਹੀਂ ਆ ਜਿੱਤ ਨਹੀਂ ਕਦੀ ਬੈਠਾ ਤੈਨੂੰ ਪਤਾ ਹੈ ਦਾ ਨਹੀਂ ਪਤਾ ਨਹੀਂ ਵੀ ਜੀ ਹੁਣ ਤੇ ਸੰਦਾ ਵੀ ਵੜਾਵਾ ਚਿੱਤ ਆ ਗਿਆ ਕੰਮ ਕਰਦਾ ਜੀ ਸਾਡੇ ਵਿੱਚ ਰਹਿੰਦਾ ਪਰਿਵਾਰ ਚ ਹੱਸਦਾ ਖੇੜਦਾ ਬਦਲ ਹੀ ਗਿਆ ਮੇਰੀ ਨਿਗਾਹ ਉਹਦੇ ਜੀ ਰਹਿੰਦੀ ਆੱਖਾਂ ਦੇ ਤਾੜੇ ਲੱਗਿਆ ਰਹਿੰਦੀਆਂ ਮੈਂ ਤਾਂ ਡਰਦੀ ਉਹਨਾਂ ਤੋਂ ਗੱਲ ਨਹੀਂ ਕਰਦੀ ਕੀ ਕਰਾਂ ਪਰ ਵੀ ਜੀ ਕਰੋ ਬਾਹਰ ਤੇ ਕੱਲਾ ਕਦੇ ਗਿਆ ਨਹੀਂ ਆ ਲੈ ਫੇਰ ਹੋ ਗੱਲ ਜਨਾਨੀ ਆਈ ਪੈਸੇ ਦੇ ਕੋਲ ਨੇ ਘਰੋਂ ਬਾਹਰ ਕੱਲਾ ਕਿੱਥੇ ਜਾਂਦਾ ਨਹੀਂ ਆ ਪਹਿਲਾਂ ਜਿਹੜਾ ਲਾਉਣ ਵਾਲੇ ਪਹਿਲਾਂ ਕੋਲੋਂ ਦੇ ਕੇ ਲਾਉਂਦੇ ਆ ਫੇਰ ਆਂਦੇ ਲਿਆ ਫੜ ਕੇ ਪੈਸੇ ਫੇਰ ਘਰ ਸੱਲ ਲੱਗਦੀ ਆ ਜਦ ਪੁੱਤ ਵਗੜਾਉਣਾ ਹੋਵੇ ਨਾ ਉਹਨੂੰ ਪਹਿਲਾਂ ਖਵਾ ਲਦੇ ਆ ਕੋਈ ਨਹੀਂ ਆਉਂਦਾ ਤੇ ਇਹਨੂੰ ਮਾਰ ਕੇ ਸਮਝਾਉਣੀ ਪਹਿਲਾਂ ਕੋਲੋਂ ਖਵਾ ਲਦੇ ਤੇ ਫੇਰ ਪੁੱਤ ਕਿਸ ਤਰ੍ਹਾਂ ਵਗੜਾਉਂਦੇ ਆ ਗੱਲਾਂ ਆ ਚੱਲਦੀਆਂ ਦੁਨੀਆਂ ਦੇ ਆਪਣੇ ਬੱਚੇ ਨੂੰ ਆਪ ਸਮਝਾ ਕੇ ਰੱਖੋ ਕੋਈ ਨਹੀਂ ਕਹੂੰਗੇ ਬਾਕੀ ਤੇ ਇਹ ਵੀ ਕਾਲ ਪੈਂਦੇ ਹੁੰਦੇ ਨੇ ਤੇ ਸਮਝਾਇਆ ਕਰੋ ਮੈਂ ਤੇ ਇਹਨਾਂ ਤੋਂ ਡਰਦੀ ਚੁੱਪ ਕੀਤੀ ਰਹਿਣੀ ਵੀ ਮੈਂ ਮਾੜਾ ਜਾ ਬੋਲਣੀ ਆ ਤੇ ਇਹ ਜਿਆਦਾ ਇਹਨਾਂ ਦਾ ਗੁੱਸਾ ਚੜ ਜਾਂਦਾ ਫਿਰ ਹਾਂ ਸਿਆਰੇ ਆnde ਵੀ ਜੇ ਕਿਸੇ ਦਾ ਪੁੱਤ ਵਗੜਾਉਣਾ ਹੋਵੇ ਨਾ ਆਪਣੀ ਜੇਬ ਖਾਲੀ ਕਰਕੇ ਫਿਰ ਵਗੜਾਓ ਉਹਨੂੰ ਫੇਰ ਆਖ ਵੀ ਜਾ ਹੁਣ ਪੁੱਤ ਲਿਆ ਕਰੋ ਉਹ ਕੀ ਹੋ ਗਿਆ ਉਹ ਜੀ ਕੀ ਗੱਲ ਹੋ ਗਈ ਆ ਥੋੜਾ ਪੋੜੇ ਮੈਂ ਉਹ ਮੁੰਡਾ ਮੇਰੇ ਜਾਂਦਾ ਸੇਤ ਤ ਕਰੋ ਉਹਦਾ ਖਿਆਲ ਰੱਖਿਆ ਕਰ ਵਿਗੜ ਜਾਣਾ ਹੀ ਉਹ ਉਹ ਇਹੋ ਜੀ ਕੋਈ ਗੱਲ ਨਹੀਂ ਮਾਤਾ ਲੈ ਆ ਕੋਣ ਦੋਵੇਂ ਜਾਂਦੇ ਮਾਤਾ ਉਦੋਂ ਤੁਹਾਨੂੰ ਪਤਾ ਲੱਗਾ ਤੁਹਾਡੀ ਅੱਖਾਂ ਉਕੜੀਆਂ ਕੀ ਹੋ ਗਿਆ ਹੋਜਾ ਉਹ ਆ ਤੇ ਕੋਈ ਨਹੀਂ ਉਦੋਂ ਕਹਿੰਦੇ ਕਿ ਕਿੱਥੇ ਗਿਆ ਕਰ ਬਾਹਰ ਨਾ ਜਾਂਦਿਆ ਕਰ ਤੇ ਮੈਂ ਕਹਿੰਦੇ ਪਤਾ ਨਹੀਂ ਅੱਜ ਕੱਲ ਸੌਂਦਾ ਬੜਾ ਪਹਿਲਾਂ ਵਾਂਗੂ ਘਰ ਦਾ ਕੰਮ ਨਹੀਂ ਕਰਦਾ ਉਹ ਸਿਆਣਿਆਂ ਕਹਾਂ ਨੀਂਦ ਤੇ ਭੁੱਖ ਜਿੰਨੀ ਮਰਜ਼ੀ ਵਧਾ ਲਓ ਹੁਣ ਵਿਹਲਾ ਹੈਗਾ ਸੁੱਤਾ ਰਹਿੰਦਾ ਖਾ ਪੀ ਕੇ ਇਹਨੂੰ ਨਾ ਕੋਈ ਕੰਮ ਧੰਦੇ ਲਾ ਦੋ ਕੁ ਸਖ ਸੁਖ ਲਵੇ ਥੋੜਾ ਜਿਹੀ ਸਿਹਰਾਵਾ ਜਦੋਂ ਬਾਹਰ ਜਾਂਦਾ ਵਾ ਪਹਿਲਾ ਲੋਕੀ ਆਪਣੀ ਜੇਬ ਤੋਂ ਖਰਚਾ ਕਰਦੇ ਆ ਪਰ ਵੀਜੀ ਗੱਲ ਫਿਰ ਉੱਥੇ ਗੱਲ ਉੱਥੇ ਆਉਂਦੀ ਮੈਂ ਪੈਸੇ ਪਹਿਲਾਂ ਖਵਾਲ ਦੇ ਪੁੱਤ ਵਗੜਾਉਣ ਨੂੰ ਫਿਰ ਜਦੋਂ ਵਿਗੜ ਜਾਂਦਾ ਫਿਰ ਉਹਨੇ ਜਾ ਪੁੱਤ ਨੂੰ ਨਿਆ ਕਰੂ ਉਹ ਵੀਜੀ ਅਸਰ ਕਰਕੇ ਤੇ ਹੀ ਜਾਨ ਨਹੀਂ ਦਿੰਦੇ ਕਿਸ ਦੇ ਨਾਲ ਉਹ ਮੈਂ ਜਦੋਂ ਇਹਨੂੰ ਕਹਿੰਦਾ ਹਾਂ ਵੀ ਧਿਆਨ ਰੱਖਿਆ ਕਰ ਮੈਂ ਤੇ ਬਾਹਰ ਅੰਦਰ ਰਹਿਣਾ ਨੀ ਤਾਂ ਸੱਜ ਮਾਰ ਲੈ ਖਾਣਾ ਥੋੜਾ ਉਹ ਜੋ ਬੰਤਾ ਰਾਜਵੀਰ ਤੋਂ ਬਗੈਰ ਕਿਤੇ ਨਹੀਂ ਜਾਂਦਾ ਜਾਂ ਕਦੀ ਰਾਜਵੀਰ ਨਾਲ ਚੱਲ ਜਾਂਦਾ ਉਹ ਕੋ ਮਨ ਫੇਰਨਾ ਤੇ ਜਾਂ ਚਾਚੇ ਆਪਣੇ ਨਾ ਤੀਜਾ ਕਦੀ ਸਾਡੇ ਘਰ ਕੋਈ ਆਇਆ ਜਾਂ ਇਹ ਕਦੀ ਗਿਆ ਘੱਟ ਨਾ ਮੈਂ ਰੱਖੂਗਾ ਮਾਦਾ ਧਿਆਨ ਵੇਨਾ ਮੇਰਾ ਦਾ ਧਿਆਨ ਚੱਲ ਠੀਕ ਆ ਤੂੰ ਮੈਨੂੰ ਪੈਸੇ ਦੇ ਦੇ ਤਾਂ ਮੈਂ ਕੱਲ ਦਿੱਤੇ ਹੀ ਤੇ ਮੈਂ ਖਲਦੀ ਬੁਰੀ ਲੈ ਜਾਵਾਂ ਹਾਂ ਲੈ ਆ ਉਹ ਆ ਗੱਤ ਜਾਂ ਅੰਦਰ ਜੀ ਕਰਦੀਆਂ ਬਾਹਰ ਰੱਖਿਆ ਦਉ ਇਹਨਾਂ ਬਹਿ ਕੇ ਟੇਕੇ ਫਾਇਤ ਲੱਭਣੇ ਡੈ ਥੋੜੀ ਡੈ ਉਹ ਚੰਗੀ ਤਰ੍ਹਾਂ ਵੇਖ ਤੂੰ ਕੱਲ ਇੱਥੇ ਰੱਖੇ ਮੇਰੇ ਸਾਹਮਣੇ ਤੇ ਰੱਖੇ ਕੱਲ ਚੰਗੀ ਤਰ੍ਹਾਂ ਵੇਖਿਆ ਮੇਰੇ ਇੱਥੇ ਸਾਹਮਣੇ ਰਾਤ ਇੰਨੀ ਨਹੀਂ ਤੇ ਇੱਥੇ ਕੱਢ ਕੇ ਦੇ ਦੇ ਨੇ ਕਦੀ ਬਲਸੇ ਚ ਵੀ ਨਹੀਂ ਪਾਏ ਕੱਪੜੇ ਕੋਪੜੇ ਰੰਜਲ ਹੋ ਜਾਏ ਜਦੋਂ ਰਾਤ ਹੋ ਗਏ ਨੇ ਆ ਵੇਖ ਲੈ ਥੱਲੇ ਅਜੇ ਤੇ ਰਾਤੀ ਤੇ ਲਿਆ ਕੇ ਦਿੱਤੇ ਮੈਨੂੰ ਸਾਢੇ 7 ਕਿੱਥੇ ਚਲ ਗਏ ਬਸ ਇਹ ਬਾ ਮੈਨੂੰ ਪੱਕਾ ਪਤਾ ਮੈਂ ਪੈਸੇ ਹਮੇਸ਼ਾ ਇੱਥੇ ਰੱਖਨੀ ਆ ਕੱਪੜਿਆਂ ਤੇ ਲਾਗੇ ਯਾਰ ਚੰਗੀ ਤਰ੍ਹਾਂ ਵੇ ਤੈਨੂੰ ਇਤਨੀ ਨਹੀਂ ਨਾ ਮੈਂ ਸਾਰੇ ਬਾਹਰ ਹੀ ਕੱਢ ਲੈਣੀ ਜੇ ਤੁਹਾਨੂੰ ਬਹੁਤਾ ਪਰਸੇ ਤੇ ਪਰਸੇ ਚ ਮੈਂ ਕਹਦੀ ਰੱਖਦੀ ਨੀ ਪੈਸੇ ਥੋੜੇ ਬਹੁਤੇ ਪੈਸੇ ਮੈਂ ਬਾਹਰ ਰੱਖਨੀ ਨਹੀਂ ਉਹ ਠੱਡੇ ਦਾ ਮਾਸ ਦਾ ਵੇਖ ਬਾਰੀ ਖਾ ਨਹੀਂ ਲਈ ਪੈਸਾ ਨੂੰ ਕੀ ਲੌਣਾ ਪਿਆ ਤਾਹ ਜਿਹੇ ਪੈਸੇ ਨੇ ਥੋੜੇ ਜਿਹੇ ਇੱਥੇ ਹੀ ਕਿਦੇ ਹੋਣੇ ਆ ਪੈਸੇ ਕਿੱਥੇ ਚਲ ਜਾਣੇ ਹੋਰ ਮੈਂ ਤਾਂ ਹਮੇਸ਼ਾ ਬਾਹਰ ਦੀ ਚ ਸਾਹਮਣੇ ਹੀ ਰੱਖਨੀ ਆ ਤੇ ਨਾ ਲੱਭ ਜਾਣਗੇ ਸ਼ਾਇਦ ਇਹ ਨਾਲ ਲੱਭ ਨਵੀ ਖਾ ਲੈਉਣੀ ਹੀ ਉਹਨਾਂ ਸ਼ਾਇਦ ਨੂੰ ਜਾਣਾ ਸੀ ਉਹਨਾਂ ਨਹਾ ਠੰਡੇ ਸੁਬਾਹ ਨਾਲ ਸੋਚਿਆ ਇਹ ਜੇ ਬੱਜ ਬੰਦੇ ਰਿਆ ਫੋਲੀ ਨਾ ਨਾ ਬੀਜੀ ਗੌਰਵ ਨੇ ਇਹਦਾ ਕੰਮ ਕਦੀ ਨਹੀਂ ਕੀਤਾ ਪਤਾ ਨਹੀਂ ਮੇਰੇ ਦਿਲ ਨੂੰ ਕਿਉਂ ਲੱਗੀ ਰਹਿੰਦੀ ਤੋਂ ਤਰੀ ਬੀਜੀ ਵੇਖੋ ਇੱਕ ਹਾਡਾ ਮੁੰਡਾ ਖਾਣ ਪੀਣ ਨੂੰ ਹਰ ਇੱਕ ਚੀਜ਼ ਵਾਧੂ ਕਰ ਲਿਆ ਕੇ ਰੱਖੀ ਤੀ ਗੌਰਵ ਨੂੰ ਕੀ ਲੋੜ ਵਾ ਜਿਹਨੇ ਘਰ ਦੇ ਵਿੱਚੋਂ ਪੈਸੇ ਨਾਲ ਉਹਨੇ ਤੇਰੇ ਤੱਕ ਦੀ 1000 ਰੁਪਏ ਨਹੀਂ ਘਾੜੇ ਖੜੇ ਨਹੀਂ ਰਿਹਾ ਟੱਟੂ ਆਮ ਜਾਂਦੀ ਨਿਕਲਦਾ ਉਹ ਨਹੀਂ ਬੀਜੀ ਤੁਸੀਂ ਜ਼ਿਆਦਾ ਸੋਚਦੇ ਹੋ ਨਾ ਦਾਦੀਆਂ ਨੂੰ ਜ਼ਿਆਦਾ ਫਿਕਰ ਹੁੰਦਾ ਬੱਚਿਆਂ ਦਾ ਤੁਹਾਡਾ ਤਾਂ ਦਿਮਾਗ ਹੈ ਪਾਸੇ ਨੂੰ ਜਾਂਦਾ ਵਾ ਇੱਦਾਂ ਨਹੀਂ ਕੋਈ ਗੱਲ ਹੈਗੀ ਚਲੋ ਮਾਰੇ ਚੰਗਾ ਹੀ ਰੱਖੇ ਹਾਂ ਮੈਂ ਕਿਹੜਾ ਆਨੀ ਕੋਈ ਗੱਲ ਨਹੀਂ ਇੱਕ ਵਾਰੀ ਫੇਰ ਮੈਂ ਫੋਲੂਗੀ ਹੋ ਸਕਦਾ ਹੈ ਪਰ ਮੈਨੂੰ ਪੱਕਾ ਚੇਤਾ ਮੈਂ ਸਾਹਮਣੇ ਹਮੇਸ਼ਾ ਉੱਥੇ ਪਹਿਰੇ ਨਾ ਨਹੀਂ ਤੇ ਉੱਥੇ ਹੀ ਕੱਢ ਕੇ ਦੇ ਲੈ ਚਲੋ ਸਹਜੇ ਨਾਲ ਬਲਮੀ ਹੁਣ ਹੋਰ ਸੋਕੇ ਤੇ ਲੈ ਦੇ ਕੇ ਕੋਈ ਥੋ ਕੁੜੀ ਕੋ ਫੜ ਲਓ ਦਿਨਦਰ ਕੋਲੋ ਕੋਈ ਨਹੀਂ ਅਜੀ ਗੱਲ ਤੇ ਗੌਰ ਨਹੀਂ ਕਰਦੇ ਇੱਕ ਦਿਨ ਪਿਸਤੌਣਗੇ ਅੱਛਾ ਦਿਨਦਰ ਨਾਲ ਗੱਲ ਕਰਦੀ ਆ ਉਹ ਸੁਣੋ ਮੇਰੀ ਮੈਂ ਤੇਰੇ ਨਾਲ ਚੱਲੀ ਹਾਂ। ਉਹ ਬੀਜੀ ਮੈਂ ਦੇਖਿਆ ਘੜੀ ਵੇਲੀ ਪੈਣੀ ਆ ਜਿੱਦਾਂ ਲਾ ਕੇ ਆਈ ਆ। ਮੈਂ ਅੱਗੇ ਵੇਲੀ ਬਣਾ ਆ ਜਾ। ਚੱਲ ਆਜੋ ਅੱਜ ਹੌਲੀ ਹੌਲੀ। ਪ੍ਰੀਤ ਕੀ ਕਰਦੀ ਆ? ਇੱਥੇ ਹੀ ਆਪਣੀ। ਕੋਈ ਕੰਮ ਹੈ? ਨਹੀਂ ਬਹਿ ਜਾ ਦੱਸਦੀ ਆ ਬਹਿ ਕੇ। ਆਹ ਕੰਮ। ਬੀਜੀ ਨੂੰ ਟੈਨਸ਼ਨ ਆਈ ਨਹੀਂ ਦੀਗਾ। ਘਰ ਸਫਾਰੇ। ਕੀ ਹੈ ਵਾ? ਕਰਦੀਆਂ ਦੱਸਦੀ ਆ ਤੈਨੂੰ। ਹਾਏ ਹਾ ਟੈਨਸ਼ਨ ਦਿਲਾਤੀ ਮੈਂ ਤਾਂ ਤੁਸੀਂ ਬੀਜੀ। ਹੌਲੀ ਬਹਿ ਜਾ। ਹੁਣ ਗੋਡੇ ਤਾਂ ਨਹੀਂ ਤਰਿਆ ਜਾਂਦਾ ਤੇ ਨੇ ਮੁੰਡਾ ਵਾ ਹਾਂ ਬਾਹਰ اندر ਜਾਂਦਾ ਮੈਂ ਬਸੇਰਾ ਰੋਕਦੀ ਆ ਕਿਤੇ ਮਾੜਿਆ ਕੰਮਾ ਚ ਨਾ ਪੈ ਜਾਈ ਕਿਹੜਾ ਮੁੰਡਾ ਆਪਣਾ ਗੋਰਾ ਅੱਖਾਂ ਤਾਰੇ ਲੱਗਿਆਂ ਤੇ ਸਾਰੀ ਦਿਹਾੜੀ ਸੁਤਾਰਿੰਦਾ ਕਿਤੇ ਢੱਕਾ ਦੋਰਾ ਨਹੀਂ ਕਰਦਾ ਪਿਓ ਦੇ ਲਾਗੋ ਮਾਂ ਨੇ ਤੇ ਖਾਮੀਟੀਆਂ ਮਾਵਾ ਨੂੰ ਪੁੱਤਾਂ ਦਾ ਪਤਾ ਹੁੰਦਾ ਧੀਆਂ ਪੁੱਤਾਂ ਦਾ ਮੇਰਾ ਪੁੱਤ ਐ ਇੰਦਾ ਦਾ ਵਾ ਮਾਂ ਨੂੰ ਸੀ ਉਹਦਾ ਪਤਾ ਹੁੰਦਾ ਆਪਣੇ ਦਾ ਪਰ ਉਹ ਨਾ ਨਹੀਂ ਪਰਵਾਹ ਮੈਂ ਤੇ ਬਸ ਗਮ ਚ ਮਰਦੀ ਰਹੀ ਨਹੀਂ ਚਤੋਂ ਫਿਰ ਵੀ ਕੀ ਬੰਦਿਆ ਮੇਰੇ ਘਰ ਦੇ ਨਾਲ ਸੋਣ ਪੈਸੇ ਨਿਕਲ ਗਏ ਹਾਂ ਹੈ ਘਰ ਚੋਈ ਮੈਂ ਦਰਦੀ ਜਾਣਦੀ ਨਹੀਂ ਵੀ ਮੁੰਡਾ ਲੈ ਗਿਆ ਮੈਂ ਹੁਣ ਗੁਲੀ ਬਣਾ ਵੀਜੀ ਹੈ ਅਹੀਂ ਤੇ ਡਰਦੇ ਨਹੀਂ ਨਾ ਲੈਂਦੇ ਸਾਨੂੰ ਤੇ ਬੜੇ ਚਿਰ ਦਾ ਪਤਾ ਵਾ ਕੀ ਕਰੀਏ ਜੇ ਅਹੀਂ ਨਾ ਲੈਂਦੇ ਤੇ ਕਹਿਣਾ ਵੀ ਇਹ ਮੁੰਡੇ ਸਾਡੇ ਨੂੰ ਵਿਗਾੜਦੇ ਆ ਤੂੰ ਮਤਾਂ ਲਾਉਂਦੇ ਆ ਮੈਂ ਤੇ ਪਰਮਜੀਤ ਭੈਣ ਆਈ ਹੀ ਉਹਦੇ ਕੰਨਾਚ ਵੀ ਗੱਲ ਕੱਢੀ ਇਹ ਮੁੰਡਾ ਟਾਣੀਆਂ ਨਾਲ ਤੁਰਿਆ ਫਿਰਦਾ ਹੀ ਤੇ ਵੱਡੇ ਭਾਜੀ ਨੇ ਗਾ ਸਾਂਭ ਲਾ ਤੇ ਪਰ ਉਹਨੇ ਵੀ ਅਨ ਗੋਲੀ ਜੀ ਗੱਲ ਕਰਤੀ ਪਤਾ ਨਹੀਂ ਕੀਤੀ ਆ ਕਿ ਨਹੀਂ ਦੋਵੇਂ ਜੀ ਨਹੀਂ ਇੰਨੇ ਜੋਗੇ ਦੋਵਾਂ ਨੂੰ ਹੀ ਨਹੀਂ ਕੱਖ ਪਤਾ ਵੀ ਮੁੰਡਾ ਕਿੱਥੇ ਜੋਬਨ ਮੈਨੂੰ ਦੱਸਦਾ ਹੀ ਤੇ ਬਾਹਰ ਇਹ ਜਿਹੜੀਆਂ ਟਾਣੀਆਂ ਦੇ ਵਿੱਚ ਜਿਹੜੇ ਵੱਡੇ ਵੱਡੇ ਆ ਨਾ ਮੁੰਡੇ ਘਰਾਂ ਦੇ ਉਹਨਾਂ ਨਾਲ ਹੀ ਉਹ ਤੇ ਇਹ ਲੱਗ ਗਿਆ ਮੈਨੂੰ ਲੱਗਦਾ ਮਾੜੀ ਚਾਟੇ ਮੈਂ ਸਮਝਾਤਾ ਤੇ ਜੇ ਸਾਡਾ ਨਾ ਨਾ ਵਿੱਚ ਜਿੱਦਾਂ ਵੀ ਗੱਡ ਜੂ ਮੈਂ ਤੇ ਸਮਝਾਤਾ ਕਿ ਲੋਕ ਮੇਰਾ ਆਪਣਾ ਇਹ ਲੀ ਕਰਦੇ ਤੇ ਗਿਜਾਉਂਦੇ ਆ ਤੇ ਰਹਿੰਦੇ ਜਾ ਹੁ ਲਿਆ ਕਰੋ ਤੇ ਮੇਰੀ ਗੱਲ ਸੁਣ ਲਾ ਕਿਤੇ ਸਾਡਾ ਨਾਂ ਨਾ ਲੈ ਦੀ ਸਾਡੇ ਤੇ ਦਿਵਾਲੇ ਹੋਏ ਨੇ ਲਖਣਾ ਤੈਨੂੰ ਵੀ ਪਤਾ ਵਾ ਸਾਡੇ ਤੇ ਅੱਗੇ ਚੈਨੀਆਂ ਤੱਕ ਗੱਲਾਂ ਚੱਲਣੀਆਂ ਵਾ ਪੁੱਤ ਮੈਂ ਤੁਹਾਡਾ ਨਾਂ ਕੋ ਲੈਣਾ ਵਾ ਮੁੰਡਾ ਮਾਲੀ ਚਾਟੇ ਲੱਗ ਗਿਆ ਵਾ ਕੀ ਕਰੀਏ ਅਸੀਂ ਅਸੀਂ ਕਹੀਏ ਤੇ ਮਾੜੇ ਸਾਨੂੰ ਕਿਹੜਾ ਦੁੱਖ ਆ ਰਿਹਾ ਬੜਾ ਦੁੱਖ ਹੁੰਦਾ ਵਾ ਤੇ ਮਹਿੰਗੀ ਕੀ ਅੰਸਾ ਵਾ ਮੇਰੇ ਪੁੱਤਰੇ ਬੜੀ ਕਮਾਈ ਕੀਤੀ ਹੈ ਘਰ ਦੇ ਵਿੱਚ ਉਹ ਇਹਦੇ ਮੂਹਾਂ ਲੀਵੇ ਦਾ ਇਹਦੇ ਨੂੰ ਸੁਫਨੇ ਆ ਜੇ ਇੰਦਾ ਵੀ ਗੱਡ ਜਉ ਤਾਂ ਕੀ ਬਣਾਉਂਗਾ ਮੇਲਾ ਬੀਜੀ ਇਹ ਮਾਵਾਂ ਹੀ ਡੱਕਦੀ ਹੁੰਦੀਆਂ ਵਾ ਮੇਰਾ ਰਾਜਵੀਰ ਕਹਿ ਹ ਮੇਰੇ ਕਹਣੇ ਤੋਂ ਬਾਹਰ ਜਾਵੇ ਸਕੂਲੋਂ ਆਉਂਦਾ ਟਵੀਜ਼ਨ ਜਾਂਦਾ ਆਪਣਾ ਪੜ੍ਹਾਈ ਲਿਖਾਈ 'ਲ ਧਿਆਨ ਦਿੰਦਾ ਵਾ ਇਹ ਥੋੜੇ ਜੇ ਮਾਂ ਦੀ ਵੀ ਹੁੰਦੀ ਆ ਸਿੱਖਿਆ ਵੀ ਆਪਣੇ ਬੱਚੇ ਨੂੰ ਕਿੱਥੋਂ ਡੱਕਣਾ ਤੇ ਕਿੱਥੇ ਘੱਲਣਾ ਨਾ ਇਹਦੇ ਪੁੱਤਾਂ ਨੂੰ ਦੱਸਿਆ ਲੇ ਵੇ ਮੇਰੇ ਜੀਰੂ ਕੋਲ ਲੋਕਾਂ ਦੇ ਵੇ ਵੇ ਤਰਸਦੀ ਆ ਐ ਕੰਨੂ ਲੱਗੇ ਬਚਿਆ ਤੇ ਜਦੋਂ ਆਪਣੇ ਕਰਕੇ ਕੰਮ ਹੋ ਗਿਆ ਤੇ ਮੈਂ ਤਾਂ ਸਾਨੂੰ ਮਰ ਗਈ ਸਾਡਾ ਮੁੰਡਾ ਨਹੀਂ ਇਦਾਂ ਦਾ ਇਹੀ ਬੰਨੇ ਕਿਤੇ ਚਲ ਗਿਆ ਵਾ ਜੀ ਆਖੀਏ ਤੇ ਫਿਰ ਮਾੜੇ ਨਹੀਂ ਮੇਰੀ ਭੈਣ ਤੋ ਕੁਛ ਪ੍ਰੀਤ ਨੂੰ ਸਮਝਾਵੀ ਕੁਛ ਨਹੀਂ ਜਨ ਬੋਲੂਗੀ ਤੋ ਡਰੀ ਨਾ ਨੂੰ ਸਮਝਾਏ ਵੀ ਮੈਂ ਕਰਨਾ ਭੈਣ ਗੱਲ ਕਰਦੀ ਆ ਵੇ ਆ ਸਾਭ ਲੋ ਆਪਣਾ ਜੇ ਵੀ ਜੀ ਇੰਨੀ ਗੱਲ ਮੈਂ ਕਹਿਤੀ ਨਾ ਅਗਲੇ ਨਾ ਕੱਪੜਾ ਤੋਂ ਬਾਹਰ ਪੈਣਾ ਤੇ ਮੇਰੇ ਪੁੱਤ ਤੇ ਤੂੰ ਮਤਾਂ ਲਾਉਣ ਲੱਗੀ ਆ ਕਹਿਣ ਨੂੰ ਜੀਤ ਨਹੀਂ ਕਰਦਾ ਮੈਂ ਕੱਦੀ ਉਹਦੇ ਕਰਨਾ ਚਾਹੀਦੀ ਗੱਲ ਮਾਰੀਗੀ ਤੂੰ ਵੀ ਉਹਨੂੰ ਸਮਝਾਦੀ ਚੱਲ ਕਹਿਣ ਨੂੰ ਤੇ ਜੀ ਨਹੀਂ ਕਰਦਾ ਜੇ ਤੁਸੀਂ ਕਹਿਣ ਤਾਂ ਮੈਂ ਪੁੱਛ ਲੈਣੀ ਆ ਤੇ ਹੋਰ ਨਾ ਕਿਤੇ ਮੇਰੇ ਹੀ ਦਿਵਾਲੇ ਹੋ ਜੇ ਪਤਾ ਵੀ ਇਹਦਾ ਸੁਭਾਅ ਦਾ ਚੱਲ ਮੈਂ ਜਾਣੀ ਰਾਜਵੀਰ ਆਉਣ ਵਾਲਾ ਵਾ ਫੇਰ ਕਿ ਆਉਂਗੀ ਤੇ ਫੇਰ ਚਾਹੂਂਦੀ ਨਹੀਂ ਆਂਦੀ ਤੈਨੂੰ ਕੋਈ ਨਹੀਂ ਆਂਦੀ ਹਾਂ ਕਿਹਦਾ ਪਲ੍ਹਾ ਹੋ ਜੇ ਹੇ ਰੱਬਾ ਕਿਤੇ ਬੀਜੀ ਸੱਚੀ ਨਾ ਕਹਿੰਦੇ ਹੋ ਘੋੜਾ ਮਾਰੀ ਸੰਗਤ ਦਾ ਸਾਥ ਨਹੀਂ ਕਰਦਾ ਨਹੀਂ ਨਹੀਂ ਇਹ ਨਹੀਂ ਹੋ ਸਕਦਾ ਕਿੱਦਾਂ ਇਹ ਦਿਨ ਲਾ ਸੋਚਣ ਦੇ ਹੀ ਮੈਂ ਵੀ ਦਿਮਾਗ ਖਰਾਬ ਹੋ ਗਿਆ ਮੇਰਾ ਮੁਰਦਾ ਹੀ ਹੁੱਕ ਦਿਨ ਕਹਿੰਦਾ ਇਹ ਮੈਨੂੰ ਪੁਖਾਰ ਲੱਗਦਾ ਉਹਦੇ ਟੈਸਟ ਕਰਵਾਉਣੀ ਆ ਸਾਰੇ ਹੋ ਸਕਦਾ ਤੇ ਟਾਈਫਾਇਰ ਨਾ ਹੋਵੇ ਸਮਝਦਾ ਜਦਾ ਦੀਦੀ ਆ ਮੈਂ ਕੀ ਸੁਣ ਲਈ ਆ ਜੀ ਜੀ ਕਹਿੰਦੇ ਘਰ ਚੋਂ ਪੈਸੇ ਚੋਰੀ ਹੋ ਗਏ ਆ ਇਹ ਕਿਦਾ ਹੱਸਦਾ ਪਤਾ ਨਹੀਂ ਦਵਿੰਦਰ ਬਾਰੀ ਜੀ ਰੱਖੇ ਜ ਸਾਹਮਣੇ ਮੈਂ ਤਾਂ ਕੱਲਾ ਕੱਲਾ ਕਪੜਾ ਕੱਟ ਕੇ ساری ਪਾਰੀ ਵੀ ਫੋਲ ਕੇ ਹਟੀਆਂ ਕਿਤੇ ਨਹੀਂ ਲੱਭੇ ਪੈਸੇ ਤੇ ਚਲ ਦੋਗਾ 1000 ਰੁਪਈਆ ਹੀ ਪਰ 2000 ਵੀ ਬੜਾ ਹੁੰਦਾ ਵਾ ਇਹਨਾਂ ਨੇ ਲਿਆਂਦਾ ਹੀ ਗਾਲ ਦੋਦੀ ਕੋ ਵੀ ਖਲਦੀ ਹੋਰੀ ਲਿਉਣੀ ਆ ਸਮਝ ਨਹੀਂ ਆਈ ਘਰ ਦੇ ਵਿੱਚ ਉਹ ਅਜੇ ਤੱਕ ਪੈਸਾ ਕਦੀ ਵੀ ਨਹੀਂ ਨਿਕਲਿਆ ਤੇ ਇਹ ਨੂੰ ਪਤਾ ਮੇਰੀ ਆਦਤ ਮੈਂ ਇਦਾਂ ਬਾਰੀ ਚ ਪੱਦਰੇ ਪੈਸੇ ਰੱਖ ਦਿੰਨੀ ਕਦੀ ਪਰਸੇ ਚ ਨਹੀਂ ਪਾ ਕੇ ਰੱਖੇ ਪ੍ਰੀਤ ਉਹਦਾ ਕਹਿਣ ਨੂੰ ਜੀਤ ਨਹੀਂ ਕਰਦਾ ਆ ਗੌਰਵ ਬਦਲਿਆ ਬਦਲੇ ਲੱਗਦਾ ਕਈ ਦਿਨ ਹੋ ਗਏ ਆ ਪਰ ਅਹੀਂ ਜੇ ਕਈ ਹੈ ਨਾ ਤੇ ਕਹਣਾ ਚਾਚੀ ਚਾਚੇ ਆਂਦੇ ਆ ਉਹ ਨਹੀਂ ਨਹੀਂ ਤੇ ਵਿੰਦਰ ਮੈਨੂੰ ਵੀ ਅਕਤਨ ਕਹਿਣ ਲਿਆ ਹੀ ਤੇ ਮੰਮੀ ਆਂ ਲੱਗਦਾ ਜੇ ਤਾਂ ਨਾ ਮੈਨੂੰ ਬੁਖਾਰ ਰਹਿੰਦਾ ਵਾ ਹੋਈ ਵੀ ਤੇਰੀ ਗੱਲ ਠੀਕ ਆ ਬੁਖਾਰ ਵੀ ਹੋ ਸਕਦਾ ਵਾ ਪਰ ਨਾ ਆ ਇਥੇ ਮੁੰਡਾ ਜਿਹੜਾ ਨਾਇਆਂ ਦਾ ਉਹ ਵੇਖਿਆ ਅੰਨਾ ਛੇ ਕਰ ਕਰੀ ਇਹਨੇ ਘਰ ਦਾ ਪਰਠਾ ਬਾਹਰ ਲਿਆ ਘਰ ਚੋਂ ਹੀ ਸ਼ਨ ਲਾ ਛੜੀ ਤੇ ਘਰਦਿਆਂ ਨੂੰ ਪਤਾ ਨਹੀਂ ਲੱਗਾ ਜਵਾਨ ਹੀ ਆਪਣੀਆਂ ਤੇ ਦੋ ਟਿੰਗਾ ਸਾਡਾ ਤੇ ਇਹਨਾਂ ਲਈ ਧਿਆਨ ਆ ਅਸੀਂ ਇਹਨਾਂ ਦੇ ਸਿਰ ਤੇ ਹੀ ਆ ਉਦਾਂ ਵੀ ਚੱਲ ਮੈਂ ਮੰਨਦੀ ਆ ਗੁੱਸਾ ਨਾ ਕਰ ਲਈ ਧਿਆਨ ਰੱਖਿਆ ਕਰ ਗੌਰਵ ਦਾ ਬਾਹਰ ਘਟ ਜਾਣਦੇ ਆ ਕਰ ਬਾਹਰ ਤੇ ਦਵਿੰਦਰ ਜਾਵੇ ਤੇ ਜੋ ਬੰਨੇ ਜਾਂਦਾ ਜਾਂ ਕਦੀ ਰਾਜਵੀਰ ਨਾ ਖਾਨ ਫੇਨ ਜਲ ਜਾਂਦਾ ਵਾ ਤਨ ਵੀ ਪਤਾ ਵਾ ਗੌਰਵ ਦਾ ਨਾ ਕੋਈ ਜ਼ਿਆਦਾ ਦੋਸਤ ਵਾ ਨਾ ਕਦੀ ਕੋਈ ਘਰ ਆਇਆ ਵਾ ਤੇ ਬਾਹਰ ਅੰਦਰ ਵੀ ਜਿਆ ਸਾਡੇ ਨਾ ਜਾਂਦਾ ਜਾਂ ਚੋ ਬਨ ਜਾਂਦਾ ਫਿਰ ਘਰ ਚੋਂ ਪੈਸੇ ਪ੍ਰੀਤ ਗਏ ਕਿੱਥੇ ਨਾ ਕੋਈ ਆਪਣਾ ਦੋਤਾ ਦੋਤੀ ਆਇਆ ਵੀ ਚਲ ਆਖੀ ਵੀ ਹਾਂ ਨਿਆਣੇ ਆਏ ਹੀ ਇੱਧਰ ਉੱਧਰ ਪੈਸੇ ਹੋ ਗਏ ਆ ਘਰ ਚ ਤੇ ਕੋਈ ਤੁਹਾਡੇ ਆਉਂਦਾ ਬਨੀਆਂ ਤੁਸੀਂ ਜੇ ਚਾਰ ਜੀ ਮੈਂ ਤਾਂ ਆਪ ਨਹੀਂ ਸਮਝੰਦੇ ਇੱਦਾਂ ਤਾਂ ਕੰਮ ਤਾਂ ਕਦੀ ਨਹੀਂ ਹੋਇਆ ਉਦਾਂ ਨਾ ਗੌਰਵ ਨੂੰ ਤੂੰ ਤੇ ਆ ਕੇ ਪੁੱਛੀ ਨਿਆਣਾ ਵਾ ਕਿਹਨੇ ਬਾਹਰ ਹੀ ਕਹਿਤਾ ਹੋਏ ਤੋਂ ਇਹਨੇ ਪਹਿਲੇ ਲੈ ਨਹੀਂ ਕੁਝ ਖਾਵਾ ਪੀਵਾਗੇ ਅੱਜਕੱਲ ਨਿਆਣ ਪੁਣੇ ਚ ਕਈ ਕੁ ਨਿਆਣੇ ਕਰ ਦਿੰਦੇ ਆ ਇਤਿਆਸ ਆ ਕੇ ਪੁੱਛ ਨਹੀਂ ਕਿਦੇ ਉਹਨੇ ਇਹ ਨਾ ਕੱਢੇ ਹਣਾ ਗੌਰ ਦਾ ਤਾਂ ਨੀ ਆ ਗੌਰ ਪਹਿਲੇ ਨਾ ਪੈਸਾ ਦਈਦਾ ਵਾ ਖਾਣ ਪੀਣ ਨੂੰ ਚੀਜ਼ ਲਿਆ ਕੇ ਦੇ ਦਈ ਦੀ ਲੀੜਾ ਕੱਪੜਾ ਵਨਸ ਵਨ ਗੌਰ ਨੂੰ ਕੀ ਲੋੜ ਏ ਕਿਉਂ ਨਾ ਘਰ ਦੇ ਵਿੱਚੋਂ ਪੈਸਾ ਕੱਢ ਕੇ ਖਰਨੇ ਇਦਾਂ ਦਾ ਕੰਮ ਤੇ ਗੌਰ ਨੇ ਕਦੀ ਨਹੀਂ ਕੀਤਾ ਚੱਲ ਮੇਰਾ ਫਰਜ਼ ਹੀ ਕਹਿਣਾ ਦੀਦੀ ਦੁੱਖ ਆਉਂਦਾ ਵਾ ਤਾਂ ਕਹੀਦਾ ਵਾ ਸਮਿਆਂ ਤੋਂ ਡਰ ਲੱਗਦਾ ਹੀ ਓ Горава Питай,